ਤਕਰੀਬਨ ਜਮਾ ਹੀ ਉਧਰ ਭਰਜਾਈ ਚਾਰ ਕੁ ਜਮਾਤਾਂ ਪੜੀ ਹੁੰਦੀ, ਰੋਹਬ ਜਾ ਮਾਰਦੀ ਰਹਿੰਦੀ ਹੈ। ਇੱਕ ਦਿਨ ਜੇਠ ਨੂੰ ਆਇਆ ਤਾਂ ਕਿਸੇ ਮੁੰਡੇ ਨੂੰ ਕਹਿੰਦਾ ਯਾਰ ਮੈਨੂੰ ਮਾੜਾ ਮੋਟ ਉਡਾੜਾ ਜਿਹਾ ਸਿਖਾ ਦੇ, ਮਾੜਾ ਮੋਟ ਪਤਾ ਲੱਗ ਜੇ। ਉਹ ਉਡਾੜਾ ਸਿੱਖੇ ਆਉਂਦਾ। ਇੱਧਰ ਇੱਕ ਹੋਰ ਆ ਗਿਆ ਭਰਾ, ਪਹਿਲਾਂ ਆਪਾਂ ਇਹਨਾਂ ਦਾ ਨਾ ਸਟੰਟ ਵੇਖ ਲਈਏ। ਧਿਆਨ ਉੱਧਰ ਹੋ ਜਾਂਦਾ ਨਾ, ਕਿੰਨਾ ਕੁ ਟਾਈਮ ਲੱਗੂ ਬਾਈ? ਓਕੇ ਓਕੇ ਓਕੇ, ਖੇਡ ਖੇਡ ਭਰਾਵਾ, ਸੱਤ ਤਾਂ ਹੁੰਦੀ ਨਹੀਂ। ਹਾਂਜੀ ਹਨੀ ਕੈਨੇਡਾ ਜੀ, ਉਹਨਾਂ ਦੇ ਡੈਡੀ ਸਰਦਾਰ ਤਜਿੰਦਰਪਾਲ ਸਿੰਘ ਜੀ 500 ਰੁਪਏ ਮਾਨ ਭੇਜਦੇ ਨੇ ਜੀ ਸਾਡੇ ਕੈਨੇਡਾ ਤੋਂ। ਹਨੀ ਵੀਰ ਉਹਨਾਂ ਦੇ ਡੈਡੀ ਜੀ ਸਰਦਾਰ ਤਜਿੰਦਰਪਾਲ ਸਿੰਘ ਜੀ 500 ਰੁਪਏ ਮਾਨ ਆਇਆ ਉਹਨਾਂ ਵੱਲੋਂ, ਮਿਹਰਬਾਨੀ, ਸ਼ੁਕਰੀਆ ਤੁਹਾਨੂੰ। ਬਹੁਤ ਵੱਡੀ ਤਾੜੀਆਂ ਮਾਰ ਦਿਓ ਯਾਰ, ਐਡੀ ਅੱਜ ਦੇ ਜ਼ਮਾਨੇ 'ਚ ਐਸੇ ਐਸੇ ਨਿੱਕੇ ਨਿੱਕੇ ਮੁੰਡੇ ਨਸ਼ਿਆਂ 'ਚ ਪੈ ਜਾਂਦੇ ਨੇ। ਆਪਣੇ ਵਰਗਾ ਮਾੜਾ ਜਿਹਾ ਮੁੜ ਜੇ ਤਾਂ ਵਲ ਪੈ ਜਾਂਦਾ, ਮੁੜ ਕੇ ਡਾਕਟਰ ਕੋਲ ਤੁਰੇ ਫਿਰਦੇ ਆ, ਅਤੇ ਵੇਖ ਲਓ ਤੁਹਾਡੇ ਸਾਹਮਣੇ ਆ ਰਬੜ ਵਾਂਗੂ ਚੱਲਦਾ ਸੀ ਆਹ ਤੇ। ਉਹ ਭਰਾਵਾ ਲਾ ਦਿੰਦੇ ਲਾ ਦਿੰਦੇ, ਟਾਈਮ ਹੁੰਦਾ ਕਿਸੇ ਚੀਜ਼ ਦਾ, ਖੜ ਜਾ ਤੂੰ, ਲਾ ਦਿੰਦੇ ਲਾਵਾਂਗੇ, ਲਾ ਕੇ ਜਾਣਾ, ਹੁਣ ਪੈਸੇ ਕਾਹਦੇ ਲਏ ਸੀ? ਕੋਈ ਗੱਲ ਨਹੀਂ, ਲਾ ਦਿਆਂਗੇ। ਇੱਧਰ ਵੇਖਾ ਬਈ, ਵਧੀਆ ਗੱਲ ਹੈ, ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ। ਠੀਕ ਹੈ ਜੀ, ਥੈਂਕ ਯੂ, ਬਹੁਤ ਮਿਹਰਬਾਨੀ, ਆਪਣੇ ਵੱਲੋਂ ਵੀ ਕਰ ਦਿਓ ਮੁੰਡੇ ਨੂੰ ਮਾਣ ਕੋਈ। ਸੋ ਆਓ, ਜੇਠ ਉੜਾੜਾ ਸਿੱਖ ਲੈਂਦਾ ਕਿਸੇ ਗੱਭਰੂ ਕੋਲੋਂ ਜਾ ਕੇ ਭਰਜਾਈ ਕੋਲੇ, ਰੋਹ ਮਾਰਨ ਦੀ ਕੋਸ਼ਿਸ਼ ਕਰਦਾ, ਪਹਿਲਾਂ ਕਾਪੀ ਤੇ ਉੜਾ ਲਿਖਣ ਲੱਗਦਾ, ਸੋਚਦਾ ਵੀ ਐਂ ਕਰਕੇ ਵੇਖ ਤਾਂ ਲਈਏ ਕਿਤੇ ਬੇਇੱਜ਼ਤੀ ਨਾ ਹੋ ਜੇ। ਹੁਣ ਜਿਹਨੇ ਬਲਦਾਂ ਨਾਲ ਹਲ ਵਾਇਆ ਸਾਰੀ ਉਮਰ, ਜਦੋਂ ਊੜਾ ਵਲਦਾ ਤਾਂ ਸਿਰ ਜਾ ਪਤੰਦਰ ਦਾ ਰਹਿ ਜਾਂਦਾ, ਕਾਪੀ ਪੂਰੀ ਹੋ ਜਾਂਦੀ ਹੈ, ਫਿਰ ਸੋਚਦਾ ਐਂ ਨਹੀਂ ਗੱਲ ਬਣਦੀ, ਭਰਜਾਈ ਕੋਲੇ ਚੱਲਦੇ ਆ। ਅੱਗੇ ਭਰਜਾਈ ਰੋਟੀਆਂ ਪਕਾਈ ਜਾਂਦੀ ਹੁੰਦੀ, ਚੁੱਲ੍ਹੇ ਮੂਰੇ ਜਾ ਕੇ ਸਵਾਹ ਖਿਲਾਰ ਲੈਂਦਾ, ਤੋੜ ਕੇ ਛਿੱਟੀ ਦਾ ਡੱਕਾ, ਉੱਥੇ ਵੀ ਪਤੰਦਰ ਹਲਾਂ ਵੱਡਾ ਵਲ ਲੈਂਦਾ। ਜਦੋਂ ਊੜਾ ਜਾ ਲੈ ਕੇ ਆਉਂਦਾ, ਜਦੋਂ ਇਧਰਲੇ ਪਾਸੇ ਆਉਂਦਾ ਸਿਰ ਵਾਲੇ ਪਾਸੇ, ਅੱਗੇ ਭਰਜਾਈ ਦੀ ਪੀੜ੍ਹੀ ਆ ਜਾਂਦੀ ਹੈ। ਕਹਿੰਦਾ ਭਾਬੀ ਨੂੰ ਕਹਿੰਦਾ, ਅਨਪੜ੍ਹ ਅਨਪੜ੍ਹ ਕਹਿ ਕੇ ਰੋਜ਼ ਸਤਾਉਂਦੀ ਰਹਿੰਦੀ ਸੈਂ, ਚਾਰ ਜਮਾਤਾਂ ਪੜ੍ਹ ਕੇ ਰੋਜ਼ ਜਮਾਉਂਦੀ ਰਹਿੰਦੀ ਸਾਂ, ਮੈਂ ਵੀ ਲਿਆਂਦਾ ਕਾਇਦਾ ਤੇ ਵੇਖੀ ਪਾੜ ਸੁਣਾਉਂਦਾ ਨਹੀਂ, ਚੱਕ ਭਾਬੀਏ ਪੀੜ੍ਹੀ ਜੇਠ ਦਾ ਊੜਾ ਆਉਂਦਾ। ਉਹ ਪਤੰਦਰ ਥੱਲੇ ਊੜਾ ਲਿਖਦਾ, ਹੁਣ ਉਹ ਸਿੱਖਦਾ, ਉਹ ਕਹਿੰਦੀ ਤੂੰ ਕੀ ਲੈਣਾ ਪੜ੍ਹ ਕੇ ਬੁੱਢੀ ਉਮਰੇ। ਦੋਵਾਂ ਦੀ ਲੜਾਈ ਆ ਜੇਠ ਤੇ ਭਰਜਾਈ ਦਾ, ਪਿਆਰਾ ਜਾਗੀ, ਚੱਕ ਭਾਬੀਏ ਪੀੜ੍ਹੀ ਜੇਠ ਦਾ ਊੜਾ ਆਉਂਦਾ ਨਹੀਂ। ਆ ਜਾਓ ਪੜ੍ਹਣ ਪੜ੍ਹ ਕੇ ਗਏ ਰੋਜ਼ ਸਤਾਉਂਦੀ ਰਹਿੰਦੀ ਸੈਂ, ਚਾਰ ਜਮਾਤਾਂ ਪੜ੍ਹ ਕੇ ਰੋਜ਼ ਜਮਾਉਂਦੀ ਰਹਿੰਦੀ ਸੈਂ। ਉਹ ਅਨਪੜ੍ਹ ਅਨਪੜ੍ਹ ਕਹਿ ਕੇ ਰੋਜ਼ ਸਤਾਉਂਦੀ ਰਹਿੰਦੀ ਸੈਂ, ਚਾਰ ਜਮਾਤਾਂ ਪੜ੍ਹ ਕੇ ਰੋਜ਼ ਜਮਾਉਂਦੀ ਰਹਿੰਦੀ ਸੈਂ। ਉਹ ਮੈਂ ਵੀ ਲਿਆਂਦਾ ਕਾਇਦਾ, ਮੈਂ ਵੀ ਲਿਆਂਦਾ ਕਾਇਦਾ ਤੇ ਵੇਖੀ ਪਾਠ ਸੁਣਾਉਂਦਾ ਨੀ, ਉਹ ਚੱਕ ਭਾਬੀਏ ਪੀੜ੍ਹੀ ਜੇਠ ਦਾ ਊੜਾ ਆਉਂਦਾ ਨੀ, ਉਹ ਚੱਕ ਭਾਬੀਏ ਪੀੜ੍ਹੀ ਜੇਠ ਦਾ ਊੜਾ ਆਉਂਦਾ ਨੀ। ਗੋਰੀ ਲੈ ਕੇ ਬੱਚਿਆਂ ਵਾਂਗੂ ਪੰਨ ਪੈਂਦਾ ਵੇ, ਭੋਲਾ ਜਾਂਦਾ ਸਿਰ ਤੇ ਪੁੱਠੇ ਪੰਗੇ ਲੈਂਦਾ ਵੇ, ਗੋਰੀ ਲੈ ਕੇ ਬੱਚਿਆਂ ਵਾਂਗੂ ਪੰਨ ਪੈਂਦਾ ਵੇ। ਪਿਛਲੀ ਉਮਰ ਵਿੱਚ ਦੱਸ ਕੇ ਤੈਨੂੰ ਪੜਨਾ ਆਜੂਗਾ, ਪਿਛਲੀ ਉਮਰ ਵਿੱਚ ਦੱਸ ਕੇ ਤੈਨੂੰ ਪੜਨਾ ਆਜੂਗਾ, ਜੇ ਪੜ ਜਾਏਗਾ ਕੌਣ ਤੈਨੂੰ ਪਟਵਾਰੀ ਲਾ ਦੂਗਾ, ਜੇ ਪੜ ਜਾਏਗਾ ਕੌਣ ਤੈਨੂੰ ਪਟਵਾਰੀ ਲਾ।
ਸਿੱਖ ਜਾਊਂਗਾ ਮੈਂ ਧਰਤੀ ਸੁੰਬਰ ਕੇ, ਧਰਤੀ ਸੁੰਬਰ ਕੇ ਸਾਰੇ ਅੱਖਰ ਪਾਉਣੇ ਸਿੱਖ ਜਾਊਂਗਾ। ਹੁਣ ਮੈਂ 1-2 ਸੌ ਤੱਕੇ ਕਾ ਦੂਆ ਲਿਖ ਲਊਂਗਾ, ਹੁਣ ਮੈਂ 1-2 ਸੌ ਤੱਕੇ ਕਾ ਦੂਆ ਲਿਖ ਲਊਂਗਾ। ਨੀ ਦਸਖਤ ਕਰੂੰ ਟਕਾ ਕੇ, ਉਹ ਦਸਖਤ ਕਰੂੰ ਟਕਾ ਕੇ ਨੀ ਹੁਣ ਨਾ। ਨੀ ਹੁਣ ਨਾ ਅੰਗੂਠਾ ਲਾਉਂਦਾ ਨੀ, ਚੱਕ ਭਾਪੀਏ ਪੀੜੀ ਜੇਠ ਦਾ ਊੜਾ ਆਉਂਦਾ ਨੀ, ਉਹ ਚੱਕ ਭਾਪੀਏ ਪੀੜੀ ਜੇਠ ਦਾ ਊੜਾ ਆਉਂਦਾ ਨੀ। ਹੁਣ ਦੱਸ ਕੀ ਫਾਇਦਾ ਤੈਨੂੰ ਹੋਊ ਪੜ੍ਹਾਈ ਦਾ, ਲੈ ਕੇ ਮਾਲਾ ਤੈਥੋਂ ਕਿਉਂ ਨੀ ਨਾਮ ਧਿਆਈ ਦਾ ਵੇ, ਲੈ ਕੇ ਮਾਲਾ ਤੈਥੋਂ ਕਿਉਂ ਨੀ ਨਾਮ ਧਿਆਈ ਦਾ। ਸਮਾਂ ਗਵਾਉਂਦਾ ਫਿਰਦਾ ਐ ਮੈਂ ਜੇਠਾ ਬਾਧੂ ਦਾ, ਸਮਾਂ ਗਵਾਉਂਦਾ ਫਿਰਦਾ ਐ ਮੈਂ ਜੇਠਾ ਬਾਧੂ। ਕਾਲਾ ਅੱਖਰ ਮੱਝ ਬਰਾਬਰ ਲੱਗਦਾ ਸੀ ਮੈਨੂੰ ਨੀ, ਕਾਲਾ ਅੱਖਰ ਮੱਝ ਬਰਾਬਰ ਲੱਗਦਾ ਸੀ ਮੈਨੂੰ। ਵਾਰਸ ਸ਼ਾਦੀ ਪੜ ਕੇ ਹੀਰ ਸੁਣਾ ਦੂੰ ਮੈਂ ਤੈਨੂੰ, ਉਹ ਵਾਰਸ ਸ਼ਾਦੀ ਪੜ ਕੇ ਹੀਰ ਸੁਣਾ ਦੂੰ ਮੈਂ ਤੈਨੂੰ। ਹੁਣ ਵੇਖੀ ਅਖਬਾਰ ਰੋਜ਼ ਮੈਂ ਘਰੇ ਮੰਗਾਉਂਦਾ ਨੀ, ਚੱਕ ਭਾਬੀਏ ਪੀੜੀ ਜੇਠ ਦਾ ਊੜਾ ਆਉਂਦਾ ਨੀ, ਉਹ ਚੱਕ ਭਾਬੀਏ ਪੀੜੀ ਜੇਠ ਦਾ ਊੜਾ ਆਉਂਦਾ। ਚੱਕ ਭਾਬੀਏ ਪੀੜੀ ਜੇਠ ਦਾ ਊੜਾ ਆਉਂਦਾ ਨੀ, ਜੇ ਪੜਦੇ ਨਾ ਕੌਣ ਤੈਨੂੰ ਪਟਵਾਰੀ ਲਾ ਦੂਗਾ, ਚੱਕ ਭਾਬੀਏ ਪੀੜੀ ਜੇਠ ਦਾ ਊੜਾ ਆਉਂਦਾ। ਗੁੱਡੀ ਦਾ ਪ੍ਰਾਹੁਣਾ